ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਧਾ ਜਾਵੇ ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਧਾ ਜਾਵੇ ਅਤੇ ਝੂਠੇ ਆਦਮੀ ਵਿੱਚ ਹੰਕਾਰ ਦੇ ਵਿੱਚ ਹੀ ਪਏ ਹੋਏ ਹੰਕਾਰ ਕਰਦੇ ਰਹਿੰਦੇ ਹਨ। ਖਸਮ ਨਾ ਪਾਵੇ ਸਾਧ, ਉਹ ਇਸਤਰੀ ਜਿਹਦੇ ਅੰਦਰ ਬੜਾ ਹੰਕਾਰ ਹੋਇਆ ਉਹ ਪਰਮੇਸ਼ਰ ਆਪਦੇ ਪਤੀ ਦੇ ਸੇਵਾ ਦੇ ਰਸ ਨੂੰ ਨਹੀਂ ਪਾ ਸਕਦੀ, ਇਵੇਂ ਵਾਹਿਗੁਰੂ ਦੇ ਸੇਵਾ ਦਾ ਰਸ ਨਹੀਂ ਉਹ ਪਾ ਸਕਦੇ ਹਨ। ਬਿਨ ਨਾਵੇ ਹੋਰ ਕਮਾਵੜ, ਜਿਹੜਾ ਮਹਾਰਾਜ ਦੇ ਨਾਮ ਤੋਂ ਬਿਨਾਂ ਹੋਰ ਕਮਾਈਆਂ ਨੂੰ ਕਰਨਾ, ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨੀ ਹੈ, ਆਵੇ ਸਾ ਉਹਨਾਂ ਦਾ ਫਿੱਕਾ ਬੇਰਸੀ ਵਾਲਾ ਸਵਾਦ ਅੰਤ ਨੂੰ ਜੀਵਨ ਚ ਆਉਂਦਾ, ਬੇਰਸੀਆਂ ਚ ਪਏ ਰਹਿੰਦੇ ਹਨ ਰਾਤ ਦਿਨੇ। ਦੁਸ਼ਟੀ ਸਭਾ ਵੀ ਗੁੱਜੀ, ਜਿਹੜਾ ਦੁਸ਼ਟ ਆਦਮੀ ਹੈ ਉਹਨਾਂ ਦੀ ਸਭਾ ਚ ਜਿਹੜਾ ਮਿਲਿਆ ਸਹਿਤ ਪ੍ਰੇਮ ਦੇ ਉਹਨੂੰ ਖਰਾਬ ਹੀ ਹੋਣਾ ਪੈਂਦਾ ਹੈ, ਜਿਵੇਂ ਦੈਂਤਾਂ ਦੀ ਕੁਸੰਗਤ ਕਰਕੇ ਪ੍ਰਹਿਲਾਦ ਮਹਾਰਾਜ ਨਾਲ ਜੰਗ ਕਰਨ ਵਾਸਤੇ ਤਿਆਰ ਹੋ ਪਿਆ। ਜਦੋਂ ਮੁਲਤਾਨ ਤੋਂ ਇੱਕ ਮਜ਼ਲ ਅੱਗੇ ਗਿਆ ਤੇ ਉਸ ਵੇਲੇ ਮਹਾਰਾਜ ਨੇ ਇੱਕ ਬਿਰਧ ਬ੍ਰਾਹਮਣ ਦਾ ਰੂਪ ਧਾਰ ਕੇ ਆ ਮਿਲੇ, ਕਹਿੰਦੇ ਜੀ ਤੁਹਾਡਾ ਨਾਮ ਕੀ ਹੈ? ਕਹਿੰਦੇ ਮੇਰਾ ਨਾਮ ਰਾਮ ਚੰਦ ਹੈ। ਪ੍ਰਹਿਲਾਦ ਭਗਤ ਕਿੱਥੇ ਚੱਲਿਆ? ਕਹਿਣ ਲੱਗੇ ਭਗਵਾਨ ਨਾਲ ਜੰਗ ਕਰਨ ਚੱਲਿਆ। ਕਿ ਕਿਉਂ? ਕਿ ਇਹ ਮੁੰਡਿਆਂ ਦੱਸਿਆ ਵੀ ਜਿਹੜਾ ਪਿਓ ਦਾ ਬਦਲ ਰਹੇ ਪੁੱਤ ਨਹੀਂ ਲਾਇਕ ਹੁੰਦਾ, ਇਸ ਕਰਕੇ ਮੇਰੇ ਪਿਓ ਨੂੰ ਭਗਵਾਨ ਨੇ ਮਾਰਿਆ, ਮੈਂ ਉਹਦੇ ਨਾਲ ਜੰਗ ਕਰਨਾ। ਸੁਣ ਕੇ ਪ੍ਰਹਿਲਾਦ ਨੂੰ ਕਹਿਣ ਲੱਗੇ ਚੰਗਾ ਜੀ, ਮੇਰਾ ਵੀ ਪਿਓ ਮਾਰਤਾ ਸੀ, ਮੇਰਾ ਵੀ ਨਾਲ ਬਦਲਾ ਲੈ ਦਿਓ। ਕਹਿੰਦੇ ਚੰਗਾ। ਜਿਸ ਵੇਲੇ ਮੁੜ ਕੇ ਤੁਰਨ ਲੱਗੇ ਹੱਥ ਚ ਸੋਟੀ ਸੀ, ਸਿੱਟ ਦਿੱਤੀ ਹੱਥ ਚੋਂ, ਸੋਟੀ ਸਿੱਟ ਕੇ ਕਹਿਣ ਲੱਗੇ ਹੇ ਪ੍ਰਹਿਲਾਦ ਭਗਤ, ਮੈਂ ਬੁੱਢਾ ਹੈ, ਜਦੋਂ ਮੈਂ ਸੋਟੀ ਚੱਕਦਾ ਮੇਰਾ ਸਰੀਰ ਧਰਤੀ ਦੇ ਨਾਲ ਲਿੜ ਜਾਂਦਾ, ਕਿਸੇ ਨੂੰ ਕਹੋ ਸਿਪਾਹੀ ਨੂੰ ਮੇਰੀ ਸੋਟੀ ਫੜਾ ਦੇਵੇ, ਫਿਰ ਮੈਂ ਵੀ ਨਾਲ ਤੁਰਿਆ ਚੱਲਾਂ। ਪ੍ਰਹਿਲਾਦ ਨੇ ਸਿਪਾਹੀਆਂ ਨੂੰ ਕਿਹਾ ਕਿ ਇਹਦੀ ਸੋਟੀ ਬਾਬੇ ਦੀ ਫੜਾ ਦਿਓ। ਪੰਜ ਲੱਗੇ, ਦਸ ਲੱਗੇ, ਸਾਰੇ ਬਾਰੀ ਬਾਰੀ ਲੱਗ ਜਾਓ, ਕਿਸੇ ਤੋਂ ਸੋਟੀ ਨਾ ਚੱਕੀ ਜੀ। ਫਿਰ ਪ੍ਰਹਿਲਾਦ ਨੂੰ ਕਿਹਾ ਕਿ ਤੂੰ ਹੀ ਮੇਰੀ ਬੁੱਢੇ ਦੀ ਸੋਟੀ ਫੜਾ ਦੇ। ਪ੍ਰਹਿਲਾਦ ਤੋਂ ਉਹਨਾਂ ਸੋਟੀ ਚੱਕੀ ਗਈ। ਕਹਿਣ ਲੱਗੇ ਉਹ ਮੇਰੀ ਬੁੱਢੇ ਦੀ ਲਾਠੀ ਨਹੀਂ ਚੱਕ ਸਕਦਾ, ਤੂੰ ਰੱਬ ਨਾਲ ਜੰਗ ਕਰਕੇ ਕਿਵੇਂ ਜਿੱਤ ਲਏਗਾ? ਸੁਣ ਕੇ ਪ੍ਰਹਿਲਾਦ ਦਾ ਹੰਕਾਰ ਟੁੱਟ ਗਿਆ। ਇਸ ਪ੍ਰਕਾਰ ਕੁਸੰਗਤ ਦਾ ਬੜਾ ਅਸਰ ਹੁੰਦਾ ਹੈ, ਆਦਮੀ ਵਿਗੜ ਜਾਂਦਾ ਹੈ। ਹਜ਼ੂਰ ਫਰਮਾਉਂਦੇ ਹਨ ਦੁਸ਼ਟੀ ਸਭਾ ਵੀ ਗੁੱਚੀ, ਕਿਉਂ? ਦੁਸ਼ਟ ਪੁਰਖਾਂ ਦੀ ਸਭਾ ਕਰਕੇ ਖਰਾਬ ਹੀ ਹੋਣਾ ਪੈਂਦਾ ਹੈ ਪੁਰਖ ਨੂੰ। ਵਿਖਵਾਤੀ ਜੀਵਨ, ਉਹਦੇ ਬਾਟੀ ਮੂੰਹ ਚ ਵੀ ਜ਼ਹਿਰ ਹੁੰਦੀ ਵਿਸ਼ਿਆਂ ਦੀ, ਤੇ ਉਹਨਾਂ ਦਾ ਜੀਵਨ ਵੀ ਸਾਰਾ ਵਿਅਰਥ ਹੁੰਦਾ, ਵਿਸ਼ਿਆਂ ਵਾਲੀਆਂ ਬਾਤਾਂ ਕਰਦੇ ਰਹਿੰਦੇ ਹਨਗੇ। ਵਿਸ਼ਿਆਂ ਨੂੰ ਬਾਤੀ ਅੰਮ੍ਰਿਤ ਸਮਝਿਆ ਵਖਦੇ, ਉਹ ਬਾਤੋ ਖਾਣ ਨੂੰ ਕਹਿੰਦੇ ਨਿਵੇਂ ਨਿਆਣਿਆਂ ਨੂੰ, ਜਿਵੇਂ ਇਉਂ ਵੀ ਉਹਨੂੰ ਅੰਮ੍ਰਿਤ ਸਮਝੀ ਬੈਠੇ ਹੈ ਵਿਸ਼ਿਆਂ ਨੂੰ। ਇਹ ਭ੍ਰਮ ਜੀਵਨ, ਵਿਖਵਾਤੀ ਜੀਵਨ, ਬਾਤੀ ਮੂੰਹ ਚ ਵਿਉਹ ਹੀ ਰਹਿੰਦੀ ਹੈ ਵਿਸ਼ਿਆਂ ਦੀ, ਜੀਵਨ ਉਹਨਾਂ ਦਾ ਬਾਦ ਵਿਅਰਥ ਹੈ। ਇਹ ਭ੍ਰਮ ਭੁੱਲੇ ਮਰੋ ਨਾ, ਇਸ ਪ੍ਰਕਾਰ ਜਗਤ ਨੂੰ ਸੱਤ ਮੰਨ ਕੇ ਭਰਮ ਚ ਭੁੱਲ ਕੇ ਨਾ ਕੋਈ ਮਰੋ ਬੇਮੁਖ ਹੋ ਕੇ ਮਹਾਰਾਜ ਤੋਂ। ਸਤਿਗੁਰ ਸੇਵ ਸਦਾ ਸੁਖ, ਜੇ ਸਤਿਗੁਰੂ ਸਾਹਿਬ ਦੀ ਸੇਵਾ ਕਰੋਗੇ ਤਾਂ ਸਦਾ ਸੁਖ ਦੀ ਪ੍ਰਾਪਤੀ ਹੋਵੇਗੀ। ਬਿਨ ਸਤਿਗੁਰ ਮੁਕਤ ਕਿਨੈ ਨਾ ਪਾਈ, ਸਤਿਗੁਰੂ ਸਾਹਿਬ ਤੋਂ ਬਗੈਰ ਕਿਸੇ ਨੇ ਮੁਕਤੀ ਕਲਿਆਣ ਨਹੀਂ ਪਾਉਣਾ ਕੀਤੀ ਹੈ। ਆਵੇ ਜਾਹੇ ਮਰਹਿ ਮਰ ਜਾਏ, ਜਨਮ ਧਾਰ ਕੇ ਜੀਵ ਆਉਂਦੇ ਹੈ, ਮਰ ਕੇ ਜਾਂਦੇ ਹੈ, ਫਿਰ ਵਾਸ਼ਨਾ ਦੇ ਵਧੇ ਹੋਏ ਫਿਰ ਮੌਤ ਦੇ ਮਾਰੇ ਮਰਦੇ ਹੈ। ਇਉਂ ਜੂਨਾਂ ਚ ਆਵਾਗਾਉਣ ਚ ਪਏ ਰਹਿੰਦੇ, ਕਦੇ ਕਿਸੇ ਜੂਨ ਚ ਮਰ ਕੇ ਪੈਂਦੇ ਹੈ, ਕਦੇ ਕਿਸੇ ਜੂਨ ਚ ਆਵੇ ਜੂ ਜਾਹੇ ਆਵੇ ਜਾਹੇ ਮਰਹਿ ਮਰ ਜਾਈ। ਜਿਹੜੇ ਪਰਮੇਸ਼ੁਰ ਵੱਲੋਂ ਬੇਮੁਖ ਹੋ ਕੇ ਮਰ ਗਏ ਹੈ ਉਹ ਮੌਤ ਦੇ ਮਾਰੇ ਆਉਂਦੇ ਜਾਂਦੇ ਹੈ, ਤੇ ਜੰਮਦੇ ਮਰਦੇ ਰਹਿੰਦੇ, ਮੌਤ ਮਾਰਦੀ ਰਹਿੰਦੀ ਹੈ।